सो ये हाल तुसी देख ही रहे हो किन्ने खतरनाक खौफनाक। भाई साहब जी एक मिनट, साडा इथों किन्नी दूर है दरिया जिथों पानी करीब आया? कोई तकरीबन 2-3 किलोमीटर। 2-3 किलोमीटर तो उस तो पिछों पानी टुटिया होया ते इत्थे आ हाईवे जिहड़ा आ उहदे उत्ते एक पुल दे थल्लों दी इदां पानी निकलदा पिया जिवें इत्थे दरिया वगदा पिया। सो आपां देख सकदे हां कि किन्ना वड्डा नुकसान इस इलाके दा जिहड़ा हो चुका है। ते अगे इधर पिंडां दे विच की हाल है ਵੀਰ? ਅੱਗੇ ਪਿੰਡਾਂ ਦੇ ਵਿੱਚ ਕੀ ਹਾਲ ਆ? ਪਾਣੀ ਕਿੱਦਾਂ? ਬਹੁਤ ਮਾੜਾ ਜੀ, ਬਹੁਤ ਮਾੜਾ ਸਰ, ਬਹੁਤ ਮਾੜਾ। ਸਾਡਾ ਪਿੰਡ ਆਹੀ ਆ ਜੀ। ਕਿਹੜਾ ਪਿੰਡ ਦਾ ਕੀ ਨਾਮ ਹੈ? ਵੜਾ ਵੜਾ ਜੋਤ ਸਿੰਘ ਆ ਜੀ। ਹਾਂਜੀ ਹਾਂਜੀ, ਬਹੁਤ ਮਾੜਾ ਜੀ, ਪਾਣੀ ਰਾਤੋ ਰਾਤ ਪਹੁੰਚ ਸਕਦਾ ਜੀ ਪਿੰਡ ਪੂਰਾ। ਦੇਖੋ ਤੁਹਾਡੇ ਸਾਹਮਣੇ ਕਿੱਦਾਂ ਚੱਲ ਰਿਹਾ ਵਾ, ਇਹ ਸਾਰਾ ਘਰਾਂ 'ਚ ਵੜੇਗਾ ਜੀ। ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਰਾਸ਼ਨ ਰੂਸ਼ਨ ਜਿੰਨਾ ਵੀ ਆ ਪਹੁੰਚਾਇਆ ਜਾਵੇ, ਜਿੰਨੇ ਵੀ ਗਰੀਬ ਬੰਦੇ ਲੋਕ ਆ। ਔਖਾ ਬਹੁਤ ਜੀ ਇੱਦਾਂ ਗਰਮੀ 'ਚ, ਠੀਕ ਆ, ਲਾਈਟ ਵੀ ਨਹੀਂ ਆ ਰਹੀ ਉੱਤੋਂ। ਮੈਂ ਕਿਹਾ ਬਹੁਤ ਤੰਗੀ, ਇੱਕ ਨਾ ਨੈੱਟ ਚੱਲ ਰਿਹਾ ਆ ਫੋਨਾਂ ਤੋਂ ਵੀ ਆ। ਸਰਕਾਰ ਨੂੰ ਬੇਨਤੀ ਕਰਦਾ ਕਿ ਰਾਸ਼ਨ ਪਹੁੰਚਾਇਆ ਜਾਵੇ ਜਿੰਨੇ ਵੀ ਆ ਜੀ, ਮਿਹਨਤੀ ਲੋਕ ਦਿਹਾੜੀ। ਉਨੀ ਦੇ ਵਿੱਚ 4 ਸਾਲ ਪਹਿਲਾਂ ਵੀ ਇੱਧਰ ਸਾਡਾ ਇੰਨਾ, ਮੈਂ ਕਿਹਾ ਇੱਦਾਂ ਹੀ ਆਇਆ ਸੀ ਜੀ, ਇੱਦਾਂ ਹੀ। ਹਾਂ, ਉਦੋਂ ਵੀ ਇੱਦਾਂ ਬਹੁਤ ਤੰਗੀ ਸੀ, ਘਰਾਂ 'ਚ ਵੜ ਗਿਆ ਸੀ ਪਾਣੀ। ਅੱਜ ਇਸ ਹਿਸਾਬ ਨਾਲ ਚੱਲ ਰਿਹਾ ਜੀ, ਰਾਤੋ ਰਾਤ ਘਰਾਂ 'ਚ ਆ ਸਕਦਾ ਹੈ। ਸਾਡਾ ਪਿੰਡ ਆਹੀ ਆ, ਉਹ ਉੱਤੇ ਹੀ ਪਾਣੀ ਚੱਲ ਗਿਆ ਜੀ। ਹਾਂਜੀ, ਕੋਈ ਨਾ, ਸਰਕਾਰ ਨੂੰ ਬੇਨਤੀ ਕਰਦਾ ਕਿ ਜਿੰਨਾ ਵੀ ਹੋ ਸਕਦਾ ਪਹੁੰਚਾਇਆ ਜਾਵੇ।